ਤੋਰੀ ਪੇਸ਼ ਕਰਕੇ ਉਸ ਤੋਂ ਬਾਅਦ ਦੋ ਸ਼ੇਰ ਮੌਲਾ ਅਲੀ ਦੀ ਬਾਰਗਾਹ ਪੇਸ਼ ਕਰਨੇ ਨੇ ਕਿ ਬੜਾ ਤਸ਼ਰੀਫ ਲਿਆ ਇੱਕ ਦਮ ਜੀ ਬੋਲੋ ਸੁਭਾਨ ਅੱਲਾਹ ਆਖੇ ਹਲੀਮਾ ਜਿਹੜਾ ਠਰ ਗਿਆ ਉੱਚੀ ਬੋਲੇ ਸੁਭਾਨ ਅੱਲਾਹ ਆਖੇ ਹਲੀਮਾ ਹੋਇਆ ਕਮਾਲੇ ਜਿਹਦਾ ਮੁੱਲ ਵੀ ਕੋਈ ਨਹੀਂ ਉਹ ਮਿਲਿਆ ਲਾਲੇ ਜਿਹੜਾ ਸਭ ਤੋਂ ਸੋਹਣਾ ਉਹਨੂੰ ਲੈ ਕੇ ਆਈਆਂ ਉਹਨੂੰ ਲੈ ਕੇ ਆਈਆਂ ਆਖੇ ਹਲੀਮਾ ਹਸਦਾਤ ਹੋਂਦੀ ਸਜਰੀ ਸਵੇਰੇ ਹਸਦਾਤ ਹੋਂਦੀ ਸਜਰੀ ਸਵੇਰੇ ਉੱਥੋਂ ਚੰਨ ਚੁਮੇਦਾ ਜਿੱਥੇ ਰੱਖਦਾ ਪੈਰੇ ਜਿਹੜਾ ਸਭ ਤੋਂ ਸੋਹਣਾ ਉਹਨੂੰ ਲੈ ਕੇ ਆਈਆਂ ਉਹਨੂੰ ਲੈ ਕੇ ਆਈਆਂ ਆਖੇ ਹਲੀਮਾ ਹੋਇਆ ਕਮਾਲੇ ਜਿਹਦਾ ਮੁੱਲ ਕੋਈ ਨਹੀਂ ਉਹ ਮਿਲਿਆ ਨਾਲੇ ਜਿਹੜਾ ਸਭ ਤੋਂ ਸੋਹਣਾ ਜਦੋਂ ਸਰਕਾਰ ਨੂੰ ਅੰਮਾ ਹਲੀਮਾ ਘਰ ਲੈ ਕੇ ਗਈਆਂ ਅੰਮਾ ਦੀ ਸੱਕੀ ਔਲਾਦ ਵੀ ਮੌਜੂਦ ਹੈ ਤੇ ਅੰਮਾ ਕੀ ਫਰਮਾਉਂਦੀਆਂ ਨੇ ਕਿ ਇਸ ਵਿੱਚ ਤੇ ਸੱਕਿਆਂ ਵਿੱਚ ਵੰਡ ਨਹੀਂ ਕੀਤੀ ਸੁਭਾਨ ਅੱਲਾਹ ਚੜਦਾ ਬੈਠਾ ਹੱਥ ਚੁੱਕੇ ਬੋਲੇ ਸੁਭਾਨ ਅੱਲਾਹ ਜਿੱਤੇ ਸਕਿਆ ਵਿੱਚ ਵੰਡ ਨਹੀਂ ਕੀਤੀ ਕਦੇ ਸੋਹਣ ਲੱਗਿਆ ਇਹਨੂੰ ਕੰਡ ਨਹੀਂ ਕੀਤੀ ਜਿਹੜਾ ਸਭ ਤੋਂ ਸੋਹਣਾ ਉਹਨੂੰ ਲੈ ਕੇ ਆਈਆ ਉਹਨੂੰ ਲੈ ਕੇ ਆਈਆ ਸਿੱਖਦੀ ਹਾਕਮ ਅੱਲਾ ਮਿਲਾਏ ਸਿੱਖਦਾ ਬੈਠਾ ਹੱਥ ਚੁੱਕ ਕੇ ਬੋਲੇ ਸੁਭਾਨ ਅੱਲਾ ਸਿੱਖੀ ਨੁਹਾ ਕਿਉਂ ਅੱਲਾ ਮਿਲਾਏ ਉਹਨੂੰ ਲੱਖ ਸਲਾਮਾ ਜਿਸ ਮਾਨ ਜਾਏ ਉਹਨੂੰ ਲੱਖ ਸਲਾਮਾ ਜਿਸ ਮਾਨ ਜਾਏ ਜਿਹੜਾ ਸਭ ਤੋਂ ਸੋਹਣਾ ਉਹਨੂੰ ਲੈ ਕੇ ਆਈਆਂ ਆਖੇ ਹਲੀਮਾ ਹੋਇਆ ਵਾਲੇ ਜਿਹਦਾ ਵੱਲੀ ਕੋਈ ਨਹੀਂ ਉਹ ਮਿਲੇ ਸਭ ਤੋਂ ਸੋਹਣਾ ਉਹਨੂੰ ਲੈ